ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ ਕਿਤ ਹੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਏ। ਉਹ ਜਿਹੜੇ ਧੌਲਰ ਨੇ ਨਾ, ਜਿਹੜੇ ਮਹਿਲ ਨੇ, ਕਹਿੰਦੇ ਕਿਸੇ ਵੀ ਕੰਮ ਦੇ ਨਹੀਂ ਲੱਗਦੇ, ਫਿਰ ਆਪਣੇ ਆਪ ਨੂੰ ਵੀ ਕਿੱਥੇ ਚੰਗੇ ਲੱਗਦੇ ਆ। ਨਿਜਮਾਂ ਦੇ ਵਿੱਚ ਚੱਲਦੇ ਆ, ਛੱਪਰੀ ਵੀ ਸਵਾਦ ਦਿੰਦੀ ਹੈ, ਤੈਨੂੰ ਭੁੱਲ ਕੇ ਤੇ ਮਹਿਲ ਵੀ ਬੜੇ ਔਖਾ ਕਰਦੇ ਨੇ। ਮਹਿਲ ਵੀ ਜਿਹੜੇ ਨੇ ਨਾ ਐ ਭਾਂ ਭਾਂ ਕਰਦੇ ਆ, ਮਹਿਲ ਵੀ ਜਿਹੜੇ ਵੱਢਣ ਨੂੰ ਪੈਂਦੇ ਆ, ਵੱਡੇ ਵੱਡੇ ਘਰ ਵੀ ਭੈੜੇ ਲੱਗਦੇ ਆ। ਮੇਰਿਆ ਰੱਬਾ ਤੈਨੂੰ ਭੁਲਾ ਕੇ ਤੇਰੇ ਨਾਲੋਂ ਟੁੱਟ ਕੇ ਮਹਿਲ ਵਿੱਚ ਜਾ ਕੇ ਵੀ ਮੈਂ ਦੁਖੀ ਹੁੰਦਾ, ਮਹਿਲ ਵਿੱਚ ਰਹਿ ਕੇ ਕੀ ਹੋ ਜਾਣਾ ਹੈ। ਵੱਡੇ ਵੱਡੇ ਰਾਜੇ ਮਹਾਰਾਜੇ ਐ ਜਦੋਂ ਬਿਮਾਰ ਹੁੰਦੇ ਆ, ਸਾਡੇ ਵਾਲਾ ਹਾਲ ਹੈ। ਅਗਲਾ ਕਵੇ ਜੀ ਮੈਂ ਸਾਰਾ ਕਰੋੜ ਦੇ ਦੂੰ, 5 ਕਰੋੜ ਦੇ ਦੂੰ, ਡਾਕਟਰ ਕਹਿੰਦੇ ਨਾ ਜੀ ਨਾ, ਇਹ ਨਹੀਂ ਹੋ ਸਕਦਾ, ਇਹਦਾ ਇਲਾਜ ਨਹੀਂ। ਜਦੋਂ ਨਿਯਮ ਤੋੜ ਕੇ ਸਾਰਾ ਬਾਡੀ ਆਪਦੀ ਖਰਾਬ ਕਰੀ ਫਿਰਦਾ ਮੈਂ ਤੇ, ਇਹਦੇ ਕੀ ਕਰਦੇ ਹੁਣ, ਡਾਕਟਰ ਕੀ ਕਰੇ ਉੱਥੇ ਹੁਣ। ਤਾਂ ਕਰਕੇ ਭਾਈ ਕਿਤੇ ਹੀ ਕਾਮ ਨਾ ਧੁੱਲ ਹਰ ਜਿਤ ਹਰ ਬਿਸਰਾਏ, ਜਿੱਥੇ ਰੱਬ ਭੁੱਲਿਆ ਮਹਿਲ ਵੀ ਜਿਹੜੇ ਕਿਸੇ ਕੰਮ ਦੇ ਨਹੀਂ ਲੱਗਦੇ। ਨਿਜਮਾਂ ਚ ਰਹਿ, ਛੱਪਰੀ ਵੀ ਸਵਾਦ ਦਊ, ਨਹੀਂ ਤੇ ਫਿਰ ਮਹਿਲ ਵੀ ਚੰਗਾ ਨਹੀਂ ਲੱਗਣਾ। ਅੱਗੇ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ। ਕਹਿੰਦੇ ਸਾਧ ਸੰਗ ਹੋਵੇ ਤੇ ਗਰੀਬੀ ਦੇ ਵਿੱਚ ਵੀ ਬੋਲੋ ਆਨੰਦ, ਗਰੀਬੀ ਚ ਵੀ ਆਨੰਦ ਹੈ ਜੇ ਸਾਧ ਸੰਗ। ਹੁਣ ਸਾਧ ਸੰਗ ਦਾ ਕੀ ਅਰਥ ਕਰਦੇ ਹੋ? ਵੀ ਇਦਾਂ ਦੀਵਾਨ ਸੁਣੋ ਫਿਰ ਛੱਪਰੀਆਂ ਚ ਵੀ ਆਨੰਦ ਹੈ, ਇਹ ਅਰਥ ਨਹੀਂ ਹੈ। ਸਾਧ ਸੰਗ ਸੱਚ ਦੀ ਸੰਗਤ, ਸਾਧ ਸੰਗ ਦਾ ਅਰਥ ਇਦਾਂ ਹੀ ਨਹੀਂ ਵੀ ਜਿੱਦਾਂ ਹੁਣ ਐ ਮੇਰਿਓ ਵੀਰੋ ਇੱਕ ਗੱਲ ਤੁਹਾਨੂੰ ਮੈਂ ਕਹਿ ਰਿਹਾ ਇੱਥੇ ਬੈਠਾ ਵੀ ਸਿਹਤ ਦਾ ਖਿਆਲ ਰੱਖਿਆ ਕਰੋ। ਜਦੋਂ ਸਵੇਰੇ ਤੇਰੀ ਬੇਬੇ ਕਹਿੰਦੀ ਸੀ ਵੀ ਭੱਜ ਕੇ ਆ ਜਾਂ ਦੌੜ ਕੇ ਆ, ਫੌਜ 'ਚ ਭਰਤੀ ਹੋਏਗਾ ਸਾਰੀ ਜ਼ਿੰਦਗੀ ਸੌਖੀ ਰਹੂ, ਆਰਮੀ ਦੀ ਗਾਂ ਭਰਤੀ ਆਉਣ ਵਾਲੀ ਹੈ, ਭੱਜਿਆ ਕਰ ਤੇਰਾ ਸਾਹ ਪੱਕ ਜੇ, ਇਹ ਸੱਚ ਹੈ ਕਿ ਝੂਠ ਹੈ? ਬੋਲੋ ਜੀ, ਇਹ ਗੱਲ ਸਹੀ ਹੈ ਕਿ ਗਲਤ ਹੈ? ਮਾਂ ਦੀ ਸਹੀ ਹੈ ਨਾ, ਇਹ ਵੀ ਤੇ ਸਾਧ ਸੰਗ ਸੀ ਤਾਂ ਕਰੀ ਕਿਉਂ ਨਹੀਂ? ਸੰਗਤ ਕਿਹਨੇ ਕਰਨੀ ਸੀ? ਤੇਰੇ ਮਨ ਨੇ, ਤੇ ਸੱਚ ਤੇਰੀ ਮਾਂ ਸਹੀ ਗੱਲ ਕਹਿੰਦੀ ਸੀ, ਤੇਰਾ ਪਿਓ ਸਹੀ ਗੱਲ ਕਹਿੰਦਾ ਸੀ, ਤੇਰੇ ਪਿਓ ਦੀਆਂ ਸਹੀ ਤੇ ਚੰਗੀਆਂ ਗੱਲਾਂ ਜਿਹਦੇ ਵਿੱਚ ਤੇਰਾ ਵਿਕਾਸ ਛੁਪਿਆ ਹੋਇਆ ਹੈ, ਉਹ ਵੀ ਸਾਧ ਸੰਗ ਹੈ। ਮਾਂ ਦੀ ਚੰਗੀ ਗੱਲ ਜਿਹਦੇ 'ਚ ਮੇਰਾ ਵਿਕਾਸ ਹੈ, ਉਹ ਵੀ ਸਾਧ ਸੰਗ ਹੈ। ਮੇਰੇ ਟੀਚਰ ਦੀ ਚੰਗੀ ਗੱਲ ਮੇਰਾ ਜਿਹਦੇ ਵਿੱਚ ਵਿਕਾਸ ਹੈ, ਮੇਰੇ ਪਰਿਵਾਰ ਦਾ ਵਿਕਾਸ ਹੈ, ਸਮਾਜ ਦਾ ਵਿਕਾਸ ਹੈ, ਉਹ ਵੀ ਸਾਧ ਸੰਗ। ਵੇਖੋ ਨਾ, ਜੇ ਮੈਂ ਆਰਮੀ 'ਚ ਭਰਤੀ ਹੋਊਂ, ਮੇਰਾ ਪਰਿਵਾਰ ਸੌਖਾ ਹੋਊ, ਤੇ ਸਮਾਜ ਲਈ ਵੀ ਮੈਂ ਤਾਂ ਹੀ ਕੁਛ ਕਰੂੰ ਨਾ। ਤੇ ਜਦੋਂ ਮੈਨੂੰ ਭਰਤੀ ਸਮਾਜ ਦੇ ਵਿੱਚ ਵੀ ਮੈਂ ਕੁਛ ਕਰਨਾ ਚਾਹੁੰਦਾ, ਮੈਂ ਬੂਟੇ ਲਾਉਣੇ, ਮੈਂ ਦਰਖਤ ਲਾਉਣੇ, ਮੈਂ ਪਾਣੀ ਦੀ ਗੱਲ ਕਰਨੀ ਹੈ, ਉਹਦੇ ਵਾਸਤੇ ਮੇਰੇ ਕੋਲ 4 ਪੈਸੇ ਹੋਣਗੇ, ਮੈਂ ਕੁਝ ਤਨਖਾਹ ਆਊ ਤੇ ਤਾਂ ਹੀ ਹੈ। ਮੇਰਾ ਵਿਕਾਸ, ਮੇਰੇ ਪਰਿਵਾਰ ਦਾ ਵਿਕਾਸ ਤੇ ਮੇਰੇ ਸਮਾਜ ਦਾ ਵਿਕਾਸ ਵੀ ਤਾਂ ਹੀ ਹੈ। ਤਾਂ ਕਰਕੇ ਜਦੋਂ ਮੇਰੀ ਮਾਂ ਮੈਨੂੰ ਚੰਗੀ ਗੱਲ ਕਹਿੰਦੀ ਹੈ, ਉਹ ਵੀ ਸਾਧ ਸੰਗ ਹੈ। ਜਦੋਂ ਮੇਰਾ ਪਿਓ ਮੈਨੂੰ ਸਮਝਾਉਂਦਾ ਹੈ, ਉਹ ਵੀ ਸਾਧ। ਸਾਧ ਸੰਗ ਦਾ ਅਰਥ ਇਕੱਲਾ ਦੀਵਾਨ 'ਚ ਬਹਿਣਾ ਨਹੀਂ, ਆਹ ਨਹੀਂ ਸਾਧ ਸੰਗ ਵੀ ਆਹ ਸਾਧ ਸੰਗ ਹੈ। ਸੰਗਤ ਕਰਨੀ ਹੈ ਤੁਹਾਡੇ ਮਨ ਨੇ, ਜਿੰਨੀਆਂ ਵੀ ਸਵੇਰ ਤੋਂ ਸ਼ਾਮ ਤੱਕ ਅੱਜ ਤੁਹਾਨੂੰ ਚੰਗੀਆਂ ਸਲਾਹਾਂ ਮਿਲੀਆਂ ਉਹ ਸਾਰੀਆਂ ਹੀ ਸਾਧ ਸੰਗ ਸੀ, ਤੁਸੀਂ ਕਰਨਾ ਹੈ। ਤੇ ਭੈੜਾ ਵਿਚਾਰ ਜੇ ਤੁਹਾਨੂੰ ਇੱਥੇ ਵੀ ਦੱਸਿਆ ਜਾ ਰਿਹਾ, ਸਾਕਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ, ਸਟੇਜ ਤੇ ਬਹਿ ਕੇ ਵੀ ਗਲਤ ਗੱਲ ਹੋ ਰਹੀ ਹੈ, ਇਹ ਸਾਕਤ ਦੀ ਸੰਗਤ ਹੈ, ਗਲਤ। ਇਦਾਂ ਨਹੀਂ ਵੀ ਇਦਾਂ ਬੈਠ ਕੇ ਸਾਧ ਸੰਗ ਬਣ ਗਿਆ ਬਸ, ਐ ਨਹੀਂ। ਤਾਂ ਕਰਕੇ ਸਾਧ ਸੰਗ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਹੁਣ ਜਦੋਂ ਸਤ ਸੰਗਤ ਦੀ ਗੱਲ ਕਰਦੇ ਹੋ, ਫਿਰ ਤੇ ਅਸੀਂ ਤੇ ਤਰ ਗਏ, ਫਿਰ ਅਸੀਂ ਤੇ ਰਹਿੰਦੇ ਹੀ ਸਤ ਸੰਗਾਂ 'ਚ। ਦੱਸੋ ਪਿਆਰੇ, ਤੁਸੀਂ ਸਾਡੇ ਜਿੰਨਾ ਸਤ ਸੰਗਾਂ 'ਚ ਰਹਿੰਦੇ ਹੋ ਦੱਸੋ, ਬੋਲੋ ਜੀ, ਜਿੰਨਾ ਅਸੀਂ ਕੀਰਤਨਾਂ 'ਚ ਸਤ ਸੰਗਾਂ 'ਚ ਰਹਿੰਦੇ ਹਾਂ, ਤੁਸੀਂ ਰਹਿੰਦੇ ਹੋ? ਫਿਰ ਤੇ ਸਾਰੇ ਸਟੇਜ ਵਾਲੇ ਬ੍ਰਹਮ ਗਿਆਨੀ ਬਣ ਗਏ, ਤੁਹਾਡੇ ਤੇ ਫਿਰ ਭਾਰ ਪਾਤਾ, ਤੁਹਾਨੂੰ ਅਸੀਂ ਥੱਲੇ ਸਿੱਟਤਾ, ਆਪ ਬਣ ਕੇ ਸਤ ਸੰਗੀ ਵੇ ਤੇ ਰਾਤ ਦਿਨ ਰਾਤ ਹੀ ਸਤ ਸੰਗਤਾਂ 'ਚ ਰਹਿੰਦੇ। ਹੁਣ ਤੁਸੀਂ ਦਿਨ ਰਾਤ ਸਤਸੰਗ ਕਿੱਥੇ ਕਰੋਗੇ? ਝੋਲਾ ਚੁੱਕ ਕੇ ਮੇਰੇ ਮਗਰ ਫਿਰੋਗੇ ਤੁਸੀਂ?
ਰੋਜ਼ ਰੋਜ਼ 11 ਵਜੇ ਤੱਕ ਕਿੱਥੋਂ ਜਾਗੋਗੇ ਬਈ? ਇੱਕ ਦਿਨ ਜਾਗ ਲਿਆ, ਦੋ ਦਿਨ ਜਾਗ ਲਿਆ, ਤਿੰਨ ਦਿਨ ਜਾਗ ਲਿਆ, ਜਦੋਂ ਸਾਰਾ ਦਿਨ ਹੁਣ 6 ਵਜੇ ਉੱਠ ਕੇ ਘਰ ਦਾ ਕੰਮ ਵੀ ਕਰਨਾ, ਫਿਰ ਦਫ਼ਤਰ ਵੀ ਜਾਣਾ, ਘਰ ਦਾ ਕੰਮ ਕਾਰ ਕਰਨਾ, ਰੋਜ਼ 11 ਵਜੇ ਤੱਕ ਸਤਸੰਗ ਕਿੱਥੋਂ ਕਰੇਂਗੇ? ਕਿਵੇਂ ਚੱਲੂ ਕੰਮ? ਫਿਰ ਸਾਧ ਸੰਗ ਦਾ ਅਰਥ ਆਹ ਬਣਾਤਾ ਵੀ ਆਹੀ ਸਾਧ ਸੰਗ ਹੈ, ਜਿੰਨਾ ਵੀ ਸੱਚ ਹੈ ਉਹ ਗੁਣ ਨੇ ਜਿਹੜੇ ਸ਼ੁਭ ਗੁਣ, ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਲਿਆ, ਇਹ ਸਾਧ ਸੰਗ ਹੈ। ਸਾਧ ਸੰਗ ਇਹ ਚੰਗੇ ਵਿਚਾਰ, ਚੰਗੀ ਗੱਲ ਜਿੱਥੇ ਵੀ ਕਿਤੇ ਮਿਲਦੀ ਹੈ ਉਹਦੀ ਸੰਗਤ ਕਰ ਲੈ। ਜੇ ਤੇ ਕੀਰਤਨ ਦੇ ਅਰਥ ਕਰੀਏ ਵੀ ਕੀਰਤਨੀਏ ਕਲਯੁਗ ਮਹਿ ਕੀਰਤਨ ਪ੍ਰਧਾਨਾ, ਫਿਰ ਸਾਡੀ ਬੱਲੇ ਬੱਲੇ ਤੁਸੀਂ ਸਾਰੇ ਥੱਲੇ ਥੱਲੇ ਐਂ ਹੋਊ। ਤੇ ਜੇ ਸਾਧ ਸੰਗ ਦੀ ਅਰਥ ਇਹ ਕਰਨੇ ਨੇ ਵੀ ਸਾਧ ਸੰਗ ਆਏ, ਫਿਰ ਸਾਡੀ ਬੱਲੇ ਬੱਲੇ ਤੁਸੀਂ ਫਿਰ ਥੱਲੇ ਥੱਲੇ। ਮੈਂ ਚਾਹੁੰਦਾ ਤੁਸੀਂ ਇਹ ਗੱਲਾਂ ਨੂੰ ਸਮਝੋ, ਤੁਹਾਨੂੰ ਸਮਝ ਆਵੇ। ਪਤਾ ਨਹੀਂ ਤੁਸੀਂ ਦਿਨ 'ਚ ਕਿੰਨੀ ਕੁ ਸਾਧ ਸੰਗ ਕਰਦੇ ਹੋਵੋ। ਜਿਹੜੇ ਬੰਦਿਆਂ ਨੇ ਸਵੇਰ ਦੀ ਮਾਂ ਦੀ ਵੀ ਗੱਲ ਮੰਨੀ, ਟੀਚਰਾਂ ਦੀ ਵੀ ਮੰਨੀ, ਰਿਸ਼ਤੇਦਾਰ ਨੇ ਚੰਗੀ ਸਲਾਹ ਦਿੱਤੀ ਉਹ ਵੀ ਮੰਨ ਲਈ, ਪਤਾ ਨਹੀਂ ਕਿੰਨੀ ਕੁ ਸਾਧ ਸੰਗ ਕਰਦੇ ਆ ਕਈ। ਤੇ ਕਈ ਪਤਾ ਨਹੀਂ ਕਿੰਨਾ ਕੁ ਕੀਰਤਨ ਕਰਦੇ ਆ, ਕੀਰਤੀ ਮਨ ਕਰਕੇ ਕੀਰਤੀ ਕਰ ਰਹੇ ਆ, ਤੇ ਮਨ ਕਰਕੇ ਚੰਗੀਆਂ ਵਿਚਾਰਾਂ ਦੀ ਗੁਣਾਂ ਦੀ ਸੰਗਤ ਕਰ ਰਹੇ ਆ। ਤੁਹਾਡੇ 'ਚ ਪਤਾ ਨਹੀਂ ਕਿੰਨੇ ਕੁ ਸਤਸੰਗੀ ਹੈ, ਕਿੰਨੇ ਕੁ ਕੀਰਤਨੀ ਹੈ। ਸਵੇਰ ਦੀ ਪਤਾ ਨਹੀਂ ਕਿੰਨੇ ਕੁ ਚੰਗੇ ਚੰਗੀਆਂ ਗੱਲਾਂ ਤੁਸੀਂ ਸੁਣੀਆਂ, ਉਹਨਾਂ ਨੂੰ ਮੰਨਿਆ, ਕਿੰਨਾ ਕੁ ਕੀਰਤਨ ਕਰਿਆ। ਹੁਣ ਸਾਡੇ ਸਾਰਾ ਕੁਝ ਸਰੀਰ ਦੇ ਖਿਲਾਰ ਤਲ ਜਾ ਕੇ ਵੀ ਤੁਹਾਡੀ ਸਰੀਰ ਦੇ ਸਤਸੰਗ 'ਚ ਆਊਗੀ, ਇਹ ਸਤਸੰਗ। ਹੁਣ ਤੁਹਾਡੇ 'ਚ ਕਈ ਤੇ ਐਂ ਸਤਸੰਗ ਕਰਦੇ ਆ, ਬੈਠਾ ਵੀ ਭਾਵੇਂ ਨਾ ਜਾਵੇ, ਕਹਿੰਦੇ ਯਾਰ ਜਾਣਾ ਚਾਹੀਦਾ ਸਤਸੰਗ ਤੇ, ਕਰਨਾ ਚਾਹੀਦਾ, ਮਨਾ ਪਾਰ ਉਤਾਰਾ ਹੋਣਾ ਹੀ ਨਹੀਂ ਤੇਰਾ ਸਤਸੰਗ ਬਿਨਾਂ ਤੇ। ਸਮਝਾ ਇਹ ਦਿੱਤਾ, ਫਿਰ ਸਾਡੇ ਵਰਗੇ ਜਿਹੜੇ ਐ ਉਹ ਸਿਰ ਤੇ ਬਹਿ ਗਏ ਵੀ ਅਸੀਂ ਤੇ ਰਹਿੰਦੇ ਹੀ ਦਿਨ ਰਾਤ ਸਤਸੰਗਾਂ ਵਿੱਚ, ਸਵੇਰੇ ਵੀ ਸਤਸੰਗ, ਰਾਤ ਨੂੰ ਵੀ ਸਤਸੰਗ, ਗੁਰਦੁਆਰਿਆਂ 'ਚ ਉੱਠ ਕੇ ਆਉਂਦੇ ਹਾਂ ਅਸੀਂ, ਰਹਿੰਦੇ ਵੀ ਗੁਰਦੁਆਰਿਆਂ 'ਚ, ਤੁਸੀਂ ਸਾਡੀ ਰੀਸ ਫੇਰ ਨਹੀਂ ਕਰ ਸਕਣੀ ਕਿਉਂਕਿ ਰਹਿੰਦੇ ਹੀ ਗੁਰਦੁਆਰਿਆਂ 'ਚ ਅਸੀਂ। ਤੁਸੀਂ ਕਦੇ ਕਦੇ ਜਾਂਦੇ ਹੋ, ਅਸੀਂ ਰਹਿੰਦੇ ਗੁਰਦੁਆਰਿਆਂ 'ਚ, ਫਿਰ ਬਹਿ ਗਏ ਸਿਰ ਤੇ, ਸਾਡੀ ਫੇਰ ਬੱਲੇ ਬੱਲੇ, ਤੁਸੀਂ ਫੇਰ ਥੱਲੇ ਥੱਲੇ ਹੋ ਗਏ ਕਿ ਨਹੀਂ? ਐਂ ਕਰਦੇ ਆ ਥੱਲੇ ਥੱਲੇ ਹਰ ਗੱਲ 'ਚ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਦੇ ਹੋ, ਉਹ ਕਹਿੰਦੇ ਜੇ ਤੇਰਾ ਮਨ ਗੁਰਦੁਆਰੇ ਨਹੀਂ ਜਾਂਦਾ ਤਾਂ ਤੂੰ ਭਾਵੇਂ ਦਿਨ 'ਚ 100 ਵਾਰੀ ਗੇੜਾ ਲਾ ਜਾ ਗੁਰਦੁਆਰੇ। ਪੜ੍ਹਦੇ ਆ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸੱਚਾ ਗਿਆਨ ਤੇਰੇ ਸਮਝ 'ਚ ਨਹੀਂ ਆਉਂਦਾ, ਸ਼ਬਦ ਨਾ ਲਾਗੋ ਭਾਉ, ਗੁਰੂ ਦੇ ਗਿਆਨ ਨਾਲ ਤੇਰਾ ਪਿਆਰ ਨਹੀਂ ਪੈਂਦਾ, ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਕਹਿੰਦੇ 100 ਵਾਰੀ ਆ ਤੇ 100 ਵਾਰੀ ਜਾ, ਇਹਦੇ ਨਾਲ ਗੱਲ ਨਹੀਂ ਬਣਦੀ, ਇਹਦੇ ਨਾਲ ਕੀ ਹੋਜੂ? 100 ਵਾਰੀ ਆ ਭਾਵੇਂ, 100 ਗੇੜਾ ਲਾ ਭਾਵੇਂ, ਸੁਖੀ ਨਹੀਂ ਤੂੰ ਹੋ ਸਕਦਾ। ਜੇ ਤੇਰੇ ਅੰਦਰ ਪਿਆਰ ਨਹੀਂ, ਤੂੰ ਗਿਆਨ ਲੈਣਾ ਨਹੀਂ, ਫਿਰ ਤੇਰੇ ਆਉਣ ਦਾ ਕੀ ਅਰਥ ਹੈ? ਸਤਿਗੁਰੂ ਜੀ ਐਂ ਕਹਿੰਦੇ ਆ, ਐਂ ਕਹਿੰਦੇ ਆ ਜੀ। ਸਾਡੇ ਦਿਮਾਗ 'ਚ ਕੋਈ ਗੱਲ ਬਿਠਾਈ ਜਾਈਏ ਵੀ ਮਿਸ ਨਾ ਕਰ ਦੇਖੀ ਵੇਖੀ ਕਿਤੇ ਕਿ ਮੈਂ ਇਹ ਨਹੀਂ ਕਹਿੰਦਾ ਤੁਸੀਂ ਗੁਰਦੁਆਰੇ ਜਾਣਾ ਛੱਡ ਦਿਓ, ਕਿਤੇ ਦਾ ਅਰਥ ਇਹ ਨਾ ਸਮਝ ਲਿਓ, ਗੁਰਦੁਆਰੇ ਜਾਓ ਤੁਸੀਂ ਜਾਣਾ ਹੈ, ਪਰ ਇਹ ਚੇਤਾ ਰੱਖੋ ਜੇ ਬਚਨਾਂ ਨਾਲ ਪਿਆਰ ਨਹੀਂ ਤੇ ਭਾਵੇਂ 100 ਵਾਰੀ ਜਾ, ਸਾਡੇ ਵਰਗੇ ਗੁਰਦੁਆਰਿਆਂ ਵਿੱਚ ਹੀ ਰਹਿੰਦੇ ਆ, ਸਾਡਾ ਮੁਕਾਬਲਾ ਤੁਹਾਡੇ ਤੋਂ ਫਿਰ ਹੋ ਨਹੀਂ ਸਕਣਾ। ਸਾਡੇ ਵਰਗਿਆਂ ਦੀ ਸਾਰੀ ਜ਼ਿੰਦਗੀ ਗੁਰਦੁਆਰਿਆਂ 'ਚ ਲੰਘ ਜਾਂਦੀ ਹੈ, ਅਕਲ ਨਹੀਂ ਆਉਂਦੀ, ਦਿਮਾਗ ਸੈੱਟ ਨਹੀਂ ਹੁੰਦਾ, ਸਮਝ ਨਹੀਂ ਪੈਂਦੀ, ਕਿਸੇ ਚੀਜ਼ ਤੇ ਕੰਟਰੋਲ ਨਹੀਂ ਹੁੰਦਾ। ਗੱਲ ਸਾਰੀ ਦੀ ਸਾਰੀ ਸਮਝਣ ਦੀ ਹੈ, ਸਤਸੰਗਤ, ਸੱਚ ਦੀ ਸੰਗਤ, ਗੁਣਾਂ ਦੀ ਸੰਗਤ, ਸਤਸੰਗਤ ਸੱਤ ਗੁਣਾਂ ਦੀ ਸੰਗਤ ਕਰੋ। ਤੁਹਾਡੇ 'ਚੋਂ ਪਤਾ ਨਹੀਂ ਮੇਰੇ ਕਿੰਨੇ ਕੁ ਵੀਰ ਭਰਾ ਕਰਦੇ ਹੋਣਗੇ, ਤੇ ਜਿਹੜੇ ਕਰਦੇ ਐ ਗਰੰਟੀ ਹੈ, ਮਨ ਕਰਕੇ ਸਤਸੰਗੀਆਂ ਦੀ ਗੱਲ ਹੈ, ਸੱਚ ਦੀ ਸੰਗਤ ਜ਼ਰੂਰ ਕਰਦਾ, ਸਹੀ ਹੋਈ ਜਿਹੜੀ ਗੱਲ ਸਹੀ ਹੋਈ। ਹੁਣ ਤੁਹਾਨੂੰ ਤੁਹਾਡੇ ਜਿਹੜੇ ਨੌਜਵਾਨ, ਤੁਹਾਡੇ ਮਾਂ ਪਿਓ ਨੇ ਕਹਿਣਾ ਅੱਧਾ ਘੰਟਾ ਚਲਾ ਲਿਆ ਹੁਣ ਰੱਖ ਦੇ, ਇਹ ਵੀ ਸਤਸੰਗੀ ਹੈ, ਵੇਖ ਲੈ ਫਿਰ ਛੱਡ ਪਰੇ, ਹੁਣ 11 ਕੁ ਵਜੇ ਸੌਂ ਜਾ, ਹੁਣ ਛੱਡ ਦੇ ਇਹਦਾ ਖਹਿੜਾ, ਭਾਵੇਂ ਮੰਨ ਲਓ ਵੀ ਸਵੇਰੇ ਉਹੀ ਫਰੈਸ਼ ਉੱਠਾਂਗੇ, ਮਾਇੰਡ ਰਿਲੈਕਸ ਹੋ, ਇਹਦੇ ਤੋਂ ਨਿਕਲ ਹੀ ਜਾਊ, ਇੱਕ ਤੋਂ ਬਾਅਦ ਦੂਜੇ ਤੋਂ ਤੀਜਾ ਤੇ ਤੋਂ ਚੌਥਾ ਤਾਂ ਨਿਕਲ ਹੀ ਜਾਊ। ਯੂਟਿਊਬ ਖੋਲ ਲਓ ਤਾਂ ਅੱਗੇ 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 ਅੱਗੇ, ਫੇਸਬੁੱਕ ਖੋਲ ਲਓ ਤਾਂ ਅੱਗੇ 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 ਅੱਗੇ, ਵਟਸਐਪ ਤੇ ਆਇਆ ਹੀ ਰਹਿੰਦਾ ਕੁਛ ਨਾ ਕੁਛ, ਕੀ ਕਰੀ ਜਾਊ। ਹੁਣ ਜੇ ਕਿਸੇ ਨੇ ਕਹਿ ਦਿੱਤਾ ਵੀ 2 ਘੰਟੇ ਵੇਖ ਲਿਆ, ਤਾਂ ਹੁਣ 8 ਵਜੇ ਦਾ ਲੱਗਿਆ, 10 ਵੱਜ ਗਏ, ਹੁਣ ਪੈ ਜਾ, ਇਹ ਚੰਗੀ ਗੱਲ ਹੈ ਕਿ ਨਹੀਂ? ਸਵੇਰੇ ਵੇਲੇ ਨਾਲ ਉੱਠੇਗਾ, ਫਰੈਸ਼ ਰਹੇਗਾ, ਦਿਮਾਗ ਰਿਲੈਕਸ ਰਹੂਗਾ, ਮੰਨ ਲਓ ਬਸ। ਨਿੱਕੀਆਂ ਨਿੱਕੀਆਂ ਗੱਲਾਂ ਹੈ, ਸੱਚ ਸਹੀ, ਜੋ ਸਹੀ ਹੈ ਸਾਡੇ ਲਈ, ਜੋ ਚੰਗਾ ਹੈ,
ਐਕਸਰਸਾਈਜ਼ ਕਰ ਲੈ, ਉੱਠ ਪਏ ਮਾੜਾ ਜਿਹਾ, ਹਿੱਲ ਜਾ ਹਿੱਲ ਲੈ ਮਾੜਾ ਜਿਹਾ, ਤੁਰ ਲੈ ਮਾੜਾ ਜਿਹਾ, ਬਸ ਸਹੀ ਹੈ ਗੱਲਾਂ ਤਾਂ ਮੰਨ ਲਓ। ਹੋਰ ਸਤਸੰਗ ਸਾਡੇ ਤੇ ਐਂ ਕਹਿਤਾ ਵੀ ਆਹੀ ਹੈ। ਹੁਣ ਇਹਨਾਂ ਨੇ ਗੱਲ ਪਤਾ ਕੀ ਬਣਾਉਣੀ, ਹਾਏ ਸਤਸੰਗ ਦੇ ਵਿਰੁੱਧ ਬੋਲਤਾ ਆਖੋ ਸਤਨਾਮ, ਐਂ ਕਹਿਣਗੇ ਵੀ ਹਾਏ ਸਤਸੰਗ ਤੇ ਤਵਾ ਲਾਤਾ, ਇਹ ਤੇ ਸਤਸੰਗ ਨੂੰ ਵੀ ਨਹੀਂ ਮੰਨਦੇ, ਇਹ ਕਹਿੰਦੇ ਨੇ ਤੁਹਾਡਾ ਸਾਰੇ ਪਾਸੇ। ਮੈਂ ਕਹਿੰਦਾ ਸਾਰੇ ਪਾਸੇ ਸਤਸੰਗ ਹੈ, ਇਹ ਬੋਝ ਪਾਉਣਾ ਚਾਹੁੰਦੇ ਆ, ਸੱਚੇ ਆ, ਸਿਰ ਤੇ ਬਹਿਣਾ ਚਾਹੁੰਦੇ ਆ, ਇਹ ਹਰ ਗੱਲ ਨੂੰ ਪੁੱਠੀ ਹਿਸਾਬ ਨਾਲ ਹੀ ਸਮਝਾਉਣਾ, ਕਿਉਂਕਿ ਸਾਡੇ ਵਰਗੇ ਸਿਰ ਤੇ ਤਾਂ ਹੀ ਬਹਿਣਗੇ ਜਦੋਂ ਵਿਆਖਿਆ ਐਂ ਕਰਨਗੇ ਵੀ ਸਤਸੰਗ ਬਹੁਤ ਜ਼ਰੂਰੀ ਹੈ। ਅਸੀਂ ਦਿਨ ਰਾਤ ਸਤਸੰਗ 'ਚ ਰਹਿੰਦੇ ਹਾਂ, ਆਪੇ ਹੀ ਅਸੀਂ ਠਹੀ ਹੋ ਗਏ, ਸਿਰ ਤੇ ਬਹਿ ਗਏ ਆਪੇ। ਕੀਰਤਨ ਤੇ 100 ਜਨਮ ਦੀ ਭਗਤੀ ਹੋਵੇ ਤਾਂ ਮਿਲਦਾ ਹੈ, ਬਾਬਾ ਜੀ ਬਚਨ ਕਰਿਆ ਕਰਦੇ ਸੀ ਵੀ 100 ਜਨਮ ਦੀ ਭਗਤੀ ਹੋਵੇ ਤਾਂ ਕੀਰਤਨ ਦੀ ਦਾਤ ਮਿਲਦੀ। ਹੁਣ ਐਡਾ ਸਿਰ ਤੇ ਬੋਰ ਬੋਝ ਪਾਤਾ, ਹੁਣ ਬੰਦਾ ਕਹਿੰਦਾ ਮੈਂ ਤੇ ਕੀਰਤਨੀਆਂ ਬਣ ਨਹੀਂ ਸਕਦਾ, ਫਿਰ ਕੀ ਕਰੀਏ, ਤੌਲੀਆ ਖੈਰ ਆਪਣਾ ਤੌਲੀਆ ਤੇ ਆਪਣਾ ਆ ਚੱਕੋ, ਇਹਨਾਂ ਦੇ ਹੱਥ ਧਵਾਓ, ਇਹਨਾਂ ਨੂੰ ਰੋਟੀ ਖਵਾਓ, ਇਹਨਾਂ ਨੂੰ ਫਿਰ ਦੰਦ ਘਸਾਈ ਵੀ ਦਿਓ, ਇਹ ਕੀਰਤਨ ਕਰਦੇ ਨੇ, ਚੱਲ ਪਿਆ ਕਿ ਨਹੀਂ ਪੁਜਾਰੀ ਵਾਲਾ ਕੰਮ ਸਾਰੇ ਦਾ ਸਾਰਾ। ਗੁਰੂ ਸਾਹਿਬ ਨੇ ਕਿਹਾ ਸੀ ਸਾਰੇ ਕੀਰਤਨੀਏ ਬਣੋ, ਮਨ ਤੁਹਾਡਾ ਕੀਰਤਨ ਕਰੇ ਸਾਰੇ ਕਰਿਓ, ਆਪੇ ਹੀ ਸਿਰ ਤੇ ਬਹਿ ਗਏ ਸਾਰੇ, ਸਿਆਣੇ ਬਣੋਗੇ ਆਪੇ ਲੈ ਜਾਣਗੇ ਤੁਸੀਂ ਕੀਰਤੀ ਕਰਿਆ ਕਰੋ। ਬਾਕੀ ਇੱਦਾਂ ਰਲ ਮਿਲ ਕੇ ਠੀਕ ਹੈ, ਆਪਾਂ ਇਹਦਾ ਸ਼ਬਦ ਜੋਟੀਆਂ 'ਚ ਪੜ੍ਹ ਲੈਂਦੇ ਹਾਂ, ਇਹ ਠੀਕ ਹੈ ਠੀਕ ਹੈ, ਪਰ ਅਸਲ ਕੀਰਤੀ ਮਨ ਨੇ ਕਰਨੀ ਹੈ। ਜੇ ਮੇਰਾ ਮਨ ਕੀਰਤਨ ਨਹੀਂ ਕਰਦਾ, ਰੱਬ ਦੀ ਕੀਰਤੀ ਨਹੀਂ ਕਰਦਾ, ਫਿਰ ਮੈਂ ਕੋਈ ਕੀਰਤਨੀ ਆਨੀ। ਤੁਹਾਡੇ 'ਚ ਜਿਹੜੇ ਕੀਰਤੀ ਕਰਦੇ ਆ, ਉਹ ਦਿਹਾੜੀ ਵਾਲਾ ਵੀ ਅੱਜ ਕੀਰਤੀ ਕਰਕੇ ਆਇਆ ਹੈ, ਸਾਰਾ ਦਿਨ ਜਿਹਨੇ ਦਿਹਾੜੀ ਕੀਤੀ ਹੈ, ਕਹਿੰਦਾ ਯਾਰ 300 ਲਿਆ ਦਿਹਾੜੀ ਦਾ, ਇੱਕ ਨਾਲ ਵਾਲਾ ਕਹਿੰਦਾ 5:30 ਵਜੇ ਯਾਰ ਕਿਹੜਾ ਵੇਖਦਾ, ਚੱਲੀਏ ਯਾਰ ਗੱਲ ਕਰ ਲਾਂਗੇ, ਕਹਿੰਦਾ ਯਾਰ ਨਾ 6 ਵਜਾ ਦਈਏ ਕੋਈ ਨਹੀਂ, ਆਹ ਇੱਕ ਬੱਠਲ ਹੋਰ ਆ ਵੀ ਰਲਾ ਦਈਏ ਕੋਈ ਨਹੀਂ, ਆ 4 ਇੱਟਾਂ ਹੋਰ ਨੇ ਲਾ ਦੇ ਯਾਰ, ਜਦੋਂ 300 ਲਿਆ ਕਰ ਜਾ ਕੰਮ, ਇਹ ਵੀ ਕੀਰਤੀ ਹੈ। ਕਿਉਂ, ਜੇ ਬੰਦਾ ਨਹੀਂ ਵੇਖਦਾ, ਬੰਦਾ ਭੱਜ ਗਿਆ ਰੱਬ ਤੇ ਵੇਖਦਾ, ਆਦੀ ਇੱਕ ਬੋਰੀ ਕੋਈ ਪਾਲਾ ਯਾਰ ਸਰਦਾ ਨਹੀਂ ਯਾਰ, ਉਹ ਮਾਲਕ ਨਹੀਂ ਵੇਖਦਾ ਯਾਰ, ਉਹ ਤੇ ਹੈਗਾ ਨਾ ਕਿਤੇ, ਇਹ ਹੈ ਕੀਰਤੀ। ਜੇਕਰ ਦਿਹਾੜੀ ਵਾਲਾ ਵੀ ਕੀਰਤੀ ਕਰਦਾ, ਵੇਖੋ ਵੇਖੋ ਦਿਹਾੜੀ ਵਾਲਾ, ਉਹ ਕਹਿੰਦਾ ਕਿਹੜਾ ਵੇਖਦਾ ਕੱਚੇ ਕੱਚੇ ਪਾ ਦੇ ਚੱਕ ਕੇ, ਰੇਹੜੀ ਵਾਲਾ ਕਹਿੰਦਾ ਨਾ ਯਾਰ ਵੀ ਹੁਣ ਮੈਨੂੰ ਕਹਿ ਗਿਆ ਲੈ ਪਾ ਦੀ 2 ਕਿਲੋ, ਹੁਣ ਮੈਂ ਚੱਕ ਕੇ ਗਲੇ ਦੇ ਵਿੱਚ 2 ਵੀ ਝੱਲ ਨਿਕਲਦੇ ਨੇ, 2-4 ਸੇਬ ਗਲੇ ਪਾ ਦਿਆਂ, ਐਂ ਥੋੜ੍ਹਾ ਯਾਰ। ਹੁਣ ਜੇ ਉਹ ਪਰੇ ਬੰਦਾ ਪਰੇ ਨੂੰ ਮੂੰਹ ਕਰਕੇ ਖੜਾ, ਮੈਨੂੰ ਫੜਾਤਾ 1,000 ਰੁਪਈਆ ਟੋਕਰੀ ਪਾ ਦੇ ਪੂਰੀ, ਵੀ ਟੋਕਰੀ ਭਰ ਦੇ ਵਿੱਚ 2 ਪਪੀਤੇ ਪਾ ਦੀ, 5-7 ਅਮਰੂਦ ਪਾ ਦੇ, 5-7 ਸੇਬ ਪਾ ਦੇ, 1 ਦਰਜਨ ਕੇਲਿਆਂ ਦੀ ਪਾ ਦੇ, ਵੀ ਪਰੇ ਨੂੰ ਮੂੰਹ ਕਰ ਲਿਆ ਉਹਨੇ ਵੀ ਚੱਲ ਹੁਣ ਆਪਾਂ ਭਰ ਦੇ ਟੋਕਰੀ, ਤੇ ਉਹ ਕਹਿੰਦਾ ਨਾ ਯਾਰ ਰੱਬ ਤੇ ਵੇ, ਉਹ ਰੇਹੜੀ ਵਾਲਾ ਵੇਖੋ ਕੀਰਤਨ ਕਰਦਾ, ਉਹ ਵੇਖੋ ਇਹਦਾ ਮਨ ਹੁਣ ਕਰਦਾ ਕਿ ਨਹੀਂ ਦੱਸੋ ਜੀ, ਬਸ ਆਉਂਦੀ ਹੈ ਗੱਲ ਪਕੜ, ਐ ਸਮਝੋ। ਇਹਨੇ ਹਲਤ ਪਲਤ ਮੁੱਖ ਉੱਜਲ ਕਰਨਾ ਹੈ, ਅੱਜ ਵੀ ਸੁਖੀ ਕੱਲ ਵੀ ਸੁਖੀ, ਇਹ ਕਰੂ ਇਹ ਤੁਹਾਡੀ ਜ਼ਿੰਦਗੀ ਬਦਲੂ, ਸਹੀ ਚੱਲ ਇਮਾਨਦਾਰੀ ਆਊ ਇਹਦੇ ਨਾਲ ਸਾਰੇ ਪਾਸੇ।